ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤਾਂ ਸਵਾਗਤ ਕਰਦਾ ਮੈਂ ਤੁਹਾਡੇ ਅੱਜ ਬਲੌਗ ਵਿੱਚ। ਅਤੇ ਅੱਜ ਤੁਹਾਨੂੰ ਦਿਖਾਊਂਗਾ ਮੈਂ ਇੱਕ ਟਰਾਈਪੋਡ ਵੀ ਹੈ, ਸੈਲਫੀ ਸਟਿੱਕ ਵੀ ਹੈ। ਅੱਜ ਤੁਹਾਨੂੰ ਦਿਖਾਵਾਂਗੇ ਸਿਰਫ ਆਪਾਂ ਨੂੰ ਬਹੁਤ ਰੇਟ ਦੱਸਾਂਗੇ, ਇਹਦਾ ਸਭ ਕੁਝ ਦੱਸਾਂਗੇ। ਅਤੇ ਤੁਸੀਂ ਨਾ ਸਾਡੀ ਵੀਡੀਓ ਨੂੰ ਦੱਬ ਕੇ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਅਤੇ ਤੁਹਾਨੂੰ ਦਿਖਾਉਂਦੇ ਹਾਂ। ਚਲੋ ਤਾਂ ਹਾਂਜੀ ਦੋਸਤੋ, ਤੁਸੀਂ ਦੇਖ ਸਕਦੇ ਹੋ ਇਹ 36 ਸੈਂਟੀਮੀਟਰ ਤੱਕ ਇਹਦੀ ਲੰਬਾਈ ਆ। ਅਤੇ ਬਾਕੀ ਤੁਸੀਂ ਰੇਟ ਦੇ ਸਕਦੇ ਹੋ, ਉੱਥੇ ਜ਼ਿਆਦਾ ਬਹੁਤ ਹੀ ਜ਼ਿਆਦਾ ਲਿਖਿਆ, ਪਰ ਜਿਸ ਤੱਕ ਆਪਾਂ ਨੂੰ ਪਈਆ 500 ਦੀ, ਉਹ ਵੀ ਦੁਕਾਨ ਤੋਂ। ਅਤੇ ਜੇ ਆਪਾਂ ਔਨਲਾਈਨ ਮੰਗਾਵਾਂਗੇ ਆਪਾਂ ਨੂੰ 250-150 ਤੱਕ ਮਿਲ ਜਾਂਦੀ ਹੈ ਆਰਾਮ ਨਾਲ, ਠੀਕ ਹੈ। ਅਤੇ ਚਲੋ ਹੁਣ ਤੁਹਾਨੂੰ ਖੋਲ੍ਹ ਕੇ ਦਿਖਾਉਂਦੇ ਹਾਂ। ਅਤੇ ਦੇਖ ਸਕਦੇ ਤੁਸੀਂ ਖੁੱਲ ਜਾ, ਬਹੁਤ ਟਾਈਟ ਆ। ਅਤੇ ਆਲੋ ਨਿਕਲਦੀ ਬਾਈ, ਆਪਣੇ ਕੋਲ ਹੈਲਪਰ ਹੈ ਨਹੀਂ ਸੀ ਕੋਈ, ਤਾਂ ਆਪਾਂ ਇੱਕ ਹੱਥ ਕਰੀਏ। ਅਤੇ ਦੇਖ ਸਕਦੇ ਤੁਸੀਂ ਇਹ ਆਪਣੇ ਕੋਲ ਸੈਲਫੀ ਸਟੈਂਡ ਆ, ਅਤੇ ਇੱਕ ਲਾਈਟ ਉੱਪਰ ਦਿੱਤੀ ਹੋਈ ਹੈ, ਦੇਖ ਸਕਦੇ ਤੁਸੀਂ ਗੱਡੀ ਵਧੀਆ ਲਾਈਟ ਆ। ਅਤੇ ਜੇ ਆਪਾਂ ਨੂੰ ਲੰਮੀ ਕਰਨੀ ਹੋਵੇ ਤਾਂ ਲੰਮੀ ਵੀ ਕਰ ਸਕਦੇ ਹਾਂ, ਮੰਨ ਕੇ ਬਹੁਤ ਹੈਗੀ ਹੈ ਬਾਬਾ। ਮੰਨ ਲਓ ਇੱਕ ਮਿੰਟ ਮੈਂ ਤੁਹਾਨੂੰ ਕਰਕੇ ਦਿਖਾਉਣਾ। ਆ ਦੇਖ ਸਕਦੇ ਹੋ ਤੁਸੀਂ ਐਡੀ ਲੰਮੀ ਹੋ ਚੁੱਕੀ ਹੈ। ਅਤੇ ਬਾਕੀ ਇਹ ਟਰਾਈਪੋਡ ਬਣਾਉਣਾ ਹੋਵੇ ਆਪਾਂ ਟਰਾਈਪੋਡ ਵੀ ਬਣਾ ਸਕਦੇ ਇਹਨੂੰ ਖੋਲ੍ਹ ਕੇ, ਠੀਕ ਹੈ। ਇਹ ਥੱਲੋਂ ਖੁੱਲ੍ਹ ਜਾਂਦਾ ਵੀਰੇ, ਇੱਥੋਂ ਖੁੱਲ੍ਹਦੀ ਹੈ ਇੱਦਾਂ, ਜੇ ਤਾਂ ਖੁੱਲ੍ਹ ਜਾਂਦਾ ਇਹ ਤਾਂ ਫਿਰ ਤੁਸੀਂ ਦੇਖ ਸਕਦੇ ਹੋ ਇਹ ਬਣ ਜਾਂਦਾ ਆਪਣਾ ਟਰਾਈਪੋਡ। ਦੇਖੋ ਟਰਾਈਪੋਡ ਵੀ ਬਣ ਚੁੱਕਿਆ। ਅਤੇ ਇੱਕ ਆਹ ਦੇਖੋ ਇਹ ਹੈਗਾ ਤਾਂ ਰਿਮੋਟ ਆ, ਇਹ ਰਿਮੋਟ ਬਲੂਟੁੱਥ ਨਾਲ ਹੁੰਦਾ ਆਪਣੇ ਫੋਨ 'ਤੇ, ਅਤੇ 10 ਮੀਟਰ ਦੀ ਦੂਰੀ ਤੋਂ ਵੀ ਸਹੀ ਇਹ ਫੋਟੋ ਜਾਂ ਵੀਡੀਓ ਬਣਾ ਸਕਦਾ ਹੈ। ਤਾਂ ਦੇਖ ਲਿਓ ਤੁਸੀਂ ਦੋਸਤੋ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ, ਅਤੇ ਅੱਗੇ ਤਾਂ ਪਹਿਲਾਂ ਵੀਡੀਓ ਬਣਾਵਾਂਗੀ। ਅਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਅਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਜ਼ਰੂਰ। ਅਤੇ ਬਾਈ ਆਪਣਾ ਨਵਾਂ ਨਵਾਂ ਚੈਨਲ ਆ, ਪਲੀਜ਼ ਯਾਰ ਸਬਸਕ੍ਰਾਈਬ ਅਤੇ ਲਾਈਕ ਕਰੀ ਜਾਓ, ਦੇਖ ਲਿਆ ਕਰੋ ਵਿਚਾਰੇ ਗਰੀਬ ਦੀ ਅਤੇ ਗਰੀਬ ਦਾ ਕੰਮ ਹੈ। ਚੱਲ ਓਕੇ ਜੀ।